ਦੋਸਤੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਸ਼ਬਦਾਂ ਦੀ ਦੁਨੀਆ 'ਤੇ। ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਕਿ ਜੇਕਰ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਤੁਹਾਡੇ ਕਿਸੇ ਵੀ ਸਰਟੀਫਿਕੇਟ ਵਿੱਚ ਕੋਈ ਵੀ ਸੋਧ ਹੈ, ਭਾਵ ਨਾਮ, ਫਾਦਰ ਨੇਮ, ਮਦਰ ਨੇਮ ਜਾਂ ਤੁਹਾਡੀ ਡੇਟ ਆਫ ਬਰਥ ਵਿੱਚ ਕੋਈ ਵੀ ਚੇਂਜਿਸ ਹੈ, ਜਾਂ ਤੁਸੀਂ ਆਪਣੇ ਨਾਮ ਨਾਲ ਸਰਨੇਮ ਲਗਾਇਆ ਹੈ ਜਾਂ ਸਰਨੇਮ ਹਟਾਉਣਾ ਹੈ, ਇਸ ਸੰਬੰਧੀ ਕੀ ਇੰਸਟਰਕਸ਼ਨ ਹਨ। ਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੰਸਟਰਕਸ਼ਨ ਬਾਰੇ ਜਾਣਕਾਰੀ ਦੇਵਾਂਗਾ ਕਿ ਕਿਹੜੇ ਕਿਹੜੇ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਹਨ, ਅਤੇ ਨੈਕਸਟ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਕਿ ਅਸੀਂ ਇਸ ਫੋਰਮ ਨੂੰ ਕਿਵੇਂ ਫਿਲ ਕਰ ਸਕਦੇ ਹਾਂ। ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ, ਅਤੇ ਜੇਕਰ ਤੁਸੀਂ ਇਸ YouTube ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਅਤੇ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ। ਫਾਰਮ ਤਸਦੀਕ, ਫੀਸ ਸੋਧ ਕਰਵਾਉਣ ਸੰਬੰਧੀ ਹਦਾਇਤਾਂ ਬੋਰਡ ਦੇ ਸਰਟੀਫਿਕੇਟਾਂ ਵਿੱਚ 5ਵੀਂ, 8ਵੀਂ, 10ਵੀਂ ਅਤੇ 12ਵੀਂ ਅਧੀਨ ਪ੍ਰੀਖਿਆਰਥੀਆਂ ਦੇ ਵੇਰਵੇ ਵਿੱਚ ਸੋਧ ਕਰਵਾਉਣ ਲਈ ਵਿਧੀ। ਜੇਕਰ ਪ੍ਰੀਖਿਆਰਥੀ ਵੱਲੋਂ ਕਿਸੇ ਵੀ ਸ਼੍ਰੇਣੀ ਦੇ ਵਿੱਚ ਵੇਰਵਿਆਂ ਦੀ ਸੋਧ ਕਰਵਾਉਣੀ ਹੈ, ਉਸ ਸ਼੍ਰੇਣੀ ਦੇ ਨਤੀਜੇ ਘੋਸ਼ਿਤ ਹੋਏ ਨੂੰ 2 ਸਾਲ ਪੂਰੇ ਨਹੀਂ ਹੋਏ ਅਤੇ ਸਕੂਲ ਦੇ ਦਾਖਲਾ ਖਾਰਜ ਰਜਿਸਟਰ ਵਿੱਚ ਵੇਰਵੇ ਸਹੀ ਦਰਜ ਹਨ, ਤਾਂ ਇਸ ਦੀ ਸੋਧ ਸੰਬੰਧਿਤ ਪ੍ਰੀਖਿਆ ਸ਼ਾਖਾ ਵੱਲੋਂ ਦਾਖਲਾ ਖਾਰਜ ਰਜਿਸਟਰ ਦੇ ਆਧਾਰ 'ਤੇ ਕੀਤੀ ਜਾਵੇਗੀ। ਫਾਰਮ ਅਤੇ ਫੋਟੋ ਤਸਦੀਕ ਕਰਨ ਵਾਲੇ ਸਮਰੱਥ ਅਧਿਕਾਰੀ ਕਿਹੜੇ ਹੋ ਸਕਦੇ ਹਨ? ਜੇ ਸਕੂਲ ਕਾਲਜ ਤੋਂ ਸੰਬੰਧਿਤ ਸ਼੍ਰੇਣੀ ਦੀ ਪ੍ਰੀਖਿਆ ਪਾਸ ਕੀਤੀ ਹੋਵੇ, ਉਮੀਦਵਾਰ ਉਸੇ ਸਕੂਲ ਕਾਲਜ ਦੇ ਮੁਖੀਆਂ ਤੋਂ ਫਾਰਮ ਤਸਦੀਕ ਕਰਵਾਉਣਗੇ। ਪ੍ਰਾਈਵੇਟ ਜਾਂ ਬਾਹਰਲੇ ਰਾਜਾਂ ਦੇ ਬਿਨੇਕਾਰ ਜਾਂ ਜਿਨ੍ਹਾਂ ਬਿਨੇਕਾਰਾਂ ਦੇ ਸਕੂਲ ਬੰਦ ਹੋ ਗਏ ਹਨ, ਉਹ ਆਪਣੇ ਫਾਰਮ ਪਹਿਲੇ ਦਰਜਾ ਮੈਜਿਸਟਰੇਟ ਗਜਟਡ ਅਫਸਰ ਤੋਂ ਤਸਦੀਕ ਕਰਵਾਉਣਗੇ। ਹਾਈ ਸਕੂਲ ਦਾ ਮੁਖੀ ਸਿਰਫ 10ਵੀਂ ਪੱਧਰ ਤੱਕ ਹੀ ਫਾਰਮ ਤਸਦੀਕ ਕਰ ਸਕਦਾ ਹੈ, ਅਤੇ ਜੇਕਰ 12ਵੀਂ ਜਮਾਤ ਦਾ ਫਾਰਮ ਤਸਦੀਕ ਕਰਵਾਉਣਾ ਹੈ ਤਾਂ ਕਿਸੇ ਵੀ ਸਕੂਲ ਪ੍ਰਿੰਸੀਪਲ ਤੋਂ ਫਾਰਮ ਤਸਦੀਕ ਕਰਵਾਉਣਾ ਪਵੇਗਾ। ਬਣਦੀ ਫੀਸ ਬੋਰਡ ਦੇ ਜ਼ਿਲ੍ਹਾ ਖੇਤਰੀ ਦਫ਼ਤਰ ਵਿੱਚ ਕੈਸ਼ੀਅਰ ਪਾਸ ਜਮ੍ਹਾਂ ਕਰਵਾ ਕੇ ਫਾਰਮ ਕੰਪਲੀਟ ਹੋਣ ਦੀ ਸੂਰਤ ਵਿੱਚ ਫੀਸ ਦੇ ਨਾਲ ਹੀ ਅਸਲ ਰਸੀਦ ਲਗਾਈ ਜਾਵੇ। ਜਿਨ੍ਹਾਂ ਪ੍ਰੀਖਿਆਰਥੀਆਂ ਦੀ ਉਮਰ 21 ਜਾਂ 21 ਸਾਲ ਤੋਂ ਘੱਟ ਹੈ, ਭਾਵ ਏਜ ਆਫ ਮਜੋਰਟੀ ਅਟੇਨ ਕਰਨ ਤੋਂ 3 ਸਾਲ ਦੇ ਅੰਦਰ ਅੰਦਰ ਹੀ ਜਨਮ ਮਿਤੀ ਦੀ ਸੋਧ ਕਰਵਾ ਸਕਦੇ ਹਨ। ਜਨਮ ਮਿਤੀ ਦੀ ਸੋਧ ਕਰਵਾਉਣ ਲਈ ਜਨਮ ਮਿਤੀ ਸਰਟੀਫਿਕੇਟ ਦੀ ਰਜਿਸਟ੍ਰੇਸ਼ਨ ਮੈਟ੍ਰਿਕ ਪਾਸ ਕਰਨ ਦੀ ਮਿਤੀ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਜਨਮ ਸਰਟੀਫਿਕੇਟ ਦੀ ਰਜਿਸਟ੍ਰੇਸ਼ਨ 10ਵੀਂ ਪਾਸ ਕਰਨ ਤੋਂ ਪਹਿਲਾਂ ਦੀ ਸ਼ਰਤ ਮਾਤਾ ਪਿਤਾ ਦੇ ਨਾਮ ਦੀ ਸੋਧ ਵਾਲੇ ਕੇਸਾਂ ਵਿੱਚ ਲਾਗੂ ਨਹੀਂ ਹੋਵੇਗੀ। 1970 ਸਾਲ 1970 ਤੋਂ ਲੈ ਕੇ 2001 ਤੱਕ ਰਿਕਾਰਡ ਆਧਾਰਿਤ ਸੋਧਾਂ ਅਤੇ ਫੀਸ। ਜੇਕਰ ਤੁਹਾਡੇ ਰਿਕਾਰਡ ਵਿੱਚ ਕੋਈ ਵੀ ਗਲਤੀ ਹੈ ਤਾਂ ਪ੍ਰਤੀ ਗਲਤੀ 1200 ਰੁਪਏ ਫੀਸ ਪੇ ਕਰਨੀ ਪਵੇਗੀ, ਅਤੇ ਇਸ ਤੋਂ ਇਲਾਵਾ 800 ਰੁਪਏ ਫੀਸ ਪ੍ਰਤੀ ਦਰੁਪਤੀ ਸਰਟੀਫਿਕੇਟ ਭਾਵ ਡੁਪਲੀਕੇਟ ਸਰਟੀਫਿਕੇਟ ਦੀ ਫੀਸ ਹੈ। ਹੇਠਲੀ ਜਾਂ ਉੱਪਰਲੀ ਸ਼੍ਰੇਣੀ ਦੇ ਆਧਾਰ 'ਤੇ ਵੇਰਵਿਆਂ ਦੀ ਸੋਧ ਦੇ ਨਿਯਮ, ਦਸਤਾਵੇਜ਼, ਕਿਹੜੇ ਕਿਹੜੇ ਦਸਤਾਵੇਜ਼ ਜ਼ਰੂਰੀ ਹਨ? ਜੇਕਰ ਵਿਦਿਆਰਥੀ ਵੱਲੋਂ ਪਾਸ ਕੀਤੀ ਹੇਠਲੀ ਜਾਂ ਉੱਪਰਲੀ ਸ਼੍ਰੇਣੀ ਵਿੱਚ ਦਰਜ ਵੇਰਵਿਆਂ ਦੋਵਾਂ ਭਾਸ਼ਾਵਾਂ ਵਿੱਚ ਸਹੀ ਦੇ ਆਧਾਰ 'ਤੇ ਸੋਧ ਦੀ ਮੰਗ ਕੀਤੀ ਜਾਂਦੀ ਹੈ, ਤਾਂ ਇਸ ਆਧਾਰ 'ਤੇ ਵਿਦਿਆਰਥੀਆਂ ਦੇ ਸਰਟੀਫਿਕੇਟ ਵਿੱਚ ਸੋਧ ਕੀਤੀ ਜਾ ਸਕੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਜਾਰੀ ਜਿਨ੍ਹਾਂ ਸ਼੍ਰੇਣੀਆਂ ਦੇ ਸਰਟੀਫਿਕੇਟਾਂ ਵਿੱਚ ਸੋਧ ਕਰਵਾਉਣੀ ਹੈ, ਉਹਨਾਂ ਦੇ ਅਸਲ ਸਰਟੀਫਿਕੇਟ, ਉੱਪਰਲੀ ਜਾਂ ਹੇਠਲੀ ਸ਼੍ਰੇਣੀ ਦੇ ਸਹੀ ਵੇਰਵਿਆਂ ਵਾਲੇ ਸਰਟੀਫਿਕੇਟ ਦੀਆਂ ਤਸਦੀਕਸ਼ੁਦਾ ਕਾਪੀਆਂ, ਦਾਖਲਾ ਖਾਰਜ ਰਜਿਸਟਰ ਦੀ ਤਸਦੀਕਸ਼ੁਦਾ ਕਾਪੀ, ਆਧਾਰ ਕਾਰਡ ਦੀ ਕਾਪੀ, ਟਾਈਪੋਗ੍ਰਾਫਿਕ ਗਲਤੀਆਂ ਨੂੰ ਸੁਧਾਰਨ ਸੰਬੰਧੀ ਦਸਤਾਵੇਜ਼। ਜੇਕਰ ਵਿਦਿਆਰਥੀਆਂ ਦੇ ਵੇਰਵੇ ਬੋਰਡ ਸ਼੍ਰੇਣੀਆਂ ਵਿੱਚ ਪੰਜਾਬੀ ਜਾਂ ਅੰਗਰੇਜ਼ੀ ਵਿੱਚੋਂ ਇੱਕ ਭਾਸ਼ਾ ਵਿੱਚ ਸਹੀ ਹਨ, ਤਾਂ ਇਸ ਆਧਾਰ 'ਤੇ ਦੂਜੀ ਭਾਸ਼ਾ ਵਿੱਚ ਸਪੈਲਿੰਗ ਆਦਿ ਦੀ ਸੋਧ ਕੀਤੀ ਜਾ ਸਕਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਜਾਰੀ ਜਿਨ੍ਹਾਂ ਸ਼੍ਰੇਣੀਆਂ ਦੇ ਸਰਟੀਫਿਕੇਟ ਵਿੱਚ ਸੋਧ ਕਰਵਾਉਣੀ ਹੈ, ਉਹਨਾਂ ਦੇ ਅਸਲ ਸਰਟੀਫਿਕੇਟ ਅਤੇ ਆਧਾਰ ਕਾਰਡ ਦੀ ਕਾਪੀ,
ਦਾਖਲਾ ਖਾਰਜ ਰਜਿਸਟਰ ਦੀ ਤਸਦੀਕਸ਼ੁਦਾ ਕਾਪੀ, ਜਨਮਮਿਤੀ, ਪ੍ਰੀਖਿਆਰਥੀਆਂ ਦੀ ਜਨਮਮਿਤੀ ਅਤੇ ਰਜਿਸਟ੍ਰੇਸ਼ਨ ਨੰਬਰ ਦੀ ਸੋਧ ਸੰਬੰਧੀ ਦਸਤਾਵੇਜ਼। ਪ੍ਰੀਖਿਆਰਥੀਆਂ ਦੀ ਜਨਮਮਿਤੀ ਅਤੇ ਰਜਿਸਟ੍ਰੇਸ਼ਨ ਨੰਬਰ ਦੀ ਸੋਧ ਕੇਵਲ ਹੇਠਲੀ ਸ਼੍ਰੇਣੀ ਦੇ ਅਸਲ ਸਰਟੀਫਿਕੇਟ ਦੇ ਵੇਰਵਿਆਂ ਦੇ ਆਧਾਰ 'ਤੇ ਕੀਤੀ ਜਾਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਜਿਸ ਸ਼੍ਰੇਣੀ ਦੇ ਸਰਟੀਫਿਕੇਟ ਵਿੱਚ ਸੋਧ ਕਰਵਾਉਣੀ ਹੈ ਉਸ ਦਾ ਅਸਲ ਸਰਟੀਫਿਕੇਟ, ਬੋਰਡ ਤੋਂ ਪਾਸ ਕੀਤੀ ਹੇਠਲੀ ਸ਼੍ਰੇਣੀ ਜਿਸ ਵਿੱਚ ਜਨਮਮਿਤੀ ਸਹੀ ਹੋਵੇ ਦੀ ਤਸਦੀਕਸ਼ੁਦਾ ਕਾਪੀ, ਨੌਕਰੀਸ਼ੁਦਾ ਬਿਨੈਕਾਰ ਆਪਣਾ ਬਿਨੈ ਪੱਤਰ ਆਪਣੇ ਨਿਯੁਕਤੀਕਾਰ ਵੱਲੋਂ ਤਸਦੀਕ ਕਰਵਾਏਗਾ ਅਤੇ ਇਤਰਾਜ਼ਹੀਣਤਾ ਸਰਟੀਫਿਕੇਟ ਭਾਵ NOC ਪੇਸ਼ ਕਰੇਗਾ। ਦਾਖਲਾ ਖਾਰਜ ਰਜਿਸਟਰ ਦੀ ਤਸਦੀਕਸ਼ੁਦਾ ਕਾਪੀ ਕੇਵਲ ਵਾਧੂ ਵਿਸ਼ੇ ਦੇ ਸਰਟੀਫਿਕੇਟ ਦੇ ਵੇਰਵਿਆਂ ਵਿੱਚ ਸੋਧ ਕਰਨ ਸੰਬੰਧੀ ਦਸਤਾਵੇਜ਼। ਕੇਵਲ ਵਾਧੂ ਵਿਸ਼ੇ ਦੇ ਸਰਟੀਫਿਕੇਟ ਵਿੱਚ ਪ੍ਰੀਖਿਆਰਥੀਆਂ ਦੇ ਨਾਮ, ਮਾਤਾ ਜਾਂ ਪਿਤਾ ਦਾ ਨਾਮ ਦੀ ਸੋਧ CBSE ਅਤੇ ICI ਬੋਰਡ ਵੱਲੋਂ ਜਾਰੀ ਅਸਲ ਸਰਟੀਫਿਕੇਟ ਅਤੇ ਸਕੂਲ ਦੇ ਰਿਕਾਰਡ ਦੇ ਆਧਾਰ 'ਤੇ ਸੋਧ ਕੀਤੀ ਜਾਵੇਗੀ। ਜੇਕਰ ਦਾਖਲਾ ਖਾਰਜ ਰਜਿਸਟਰ 'ਤੇ ਕਟਿੰਗ ਦੇ ਨਾਲ ਵੇਰਵਿਆਂ ਦੀ ਸੋਧ ਹੈ ਤਾਂ ਐਸੋਸੀਏਟਡ ਐਫੀਲੇਟਡ ਸਕੂਲ ਤੋਂ ਪੜ੍ਹੇ ਪ੍ਰੀਖਿਆਰਥੀ ਅਸਲ ਰਿਕਾਰਡ ਦੀ ਕਾਪੀ ਸੰਬੰਧਿਤ ਸਕੂਲ ਮੁਖੀ ਤੋਂ ਹਸਤਾਖਰ ਕਰਵਾਉਣ ਉਪਰੰਤ ਜ਼ਿਲ੍ਹਾ ਮੈਨੇਜਰ ਤੋਂ ਤਸਦੀਕ ਕਰਵਾਉਣਗੇ। ਜੇਕਰ ਪ੍ਰੀਖਿਆਰਥੀ ਸਰਕਾਰੀ ਸਕੂਲ ਵਿੱਚ ਪੜ੍ਹਿਆ ਹੈ ਤਾਂ ਅਸਲ ਰਿਕਾਰਡ ਦੀ ਕਾਪੀ ਸੰਬੰਧਿਤ ਸਕੂਲ ਮੁਖੀ ਤੋਂ ਹਸਤਾਖਰ ਕਰਵਾਉਣ ਉਪਰੰਤ DEO ਤੋਂ ਪ੍ਰਤੀ ਹਸਤਾਖਰ ਕਰਵਾਏ ਜਾਣ ਅਤੇ ਜ਼ਿਲ੍ਹਾ ਮੈਨੇਜਰ ਨੂੰ ਚੈੱਕ ਕਰਵਾਉਣ ਉਪਰੰਤ ਤਸਦੀਕਸ਼ੁਦਾ ਕਾਪੀ ਨਾਲ ਨੱਥੀ ਕੀਤੀ ਜਾਵੇ। 70 ਸਾਲ 1970 ਤੋਂ ਜਨਮ ਸਰਟੀਫਿਕੇਟ ਆਧਾਰਿਤ ਸੋਧਾਂ, ਫੀਸ ਪ੍ਰਤੀ ਗਲਤੀ 1200 ਰੁਪਏ ਹੈ, 500 ਰੁਪਏ ਪ੍ਰਤੀ ਸਾਲ ਦੇਰੀ ਨਾਲ, ਬੋਰਡ ਦੀ ਪਾਸ ਕੀਤੀ ਮੁੱਢਲੀ ਪ੍ਰੀਖਿਆ ਤੋਂ ਲੈ ਕੇ, ਅਤੇ 800 ਰੁਪਈਆ ਦਰੁਪਤੀ ਸਰਟੀਫਿਕੇਟ ਭਾਵ ਡੁਪਲੀਕੇਟ ਸਰਟੀਫਿਕੇਟ ਦੀ ਹੈ। ਸਾਰੀਆਂ ਸ਼੍ਰੇਣੀਆਂ ਵਿੱਚ ਪ੍ਰੀਖਿਆਰਥੀਆਂ ਦੇ ਨਾਮ ਵਿੱਚ ਤਬਦੀਲੀ, ਸਰਨੇਮ ਲਗਾਉਣ ਹਟਾਉਣ ਸੰਬੰਧੀ ਨਿਯਮ, ਉਪਨਾਮ ਸਰਨੇਮ ਬਦਲਣ ਲਗਾਉਣ ਹਟਾਉਣ ਦਾ ਬਿਨੈ ਪੱਤਰ ਪ੍ਰਾਪਤ ਹੋ ਜਾਣ ਉਪਰੰਤ ਪਹਿਲਾਂ ਜਾਰੀ ਅਸਲ ਸਰਟੀਫਿਕੇਟ ਰੱਦ ਕਰਨ ਉਪਰੰਤ ਨਵੇਂ ਸਰਟੀਫਿਕੇਟ ਉਰਫ ਨਾਲ ਜਾਰੀ ਕੀਤੇ ਜਾਣਗੇ। ਇਸ ਲਈ ਕਿਹੜੇ ਕਿਹੜੇ ਦਸਤਾਵੇਜ਼ ਚਾਹੀਦੇ ਹਨ? ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਜਾਰੀ ਜਿਨ੍ਹਾਂ ਸ਼੍ਰੇਣੀਆਂ ਦੇ ਸਰਟੀਫਿਕੇਟ ਵਿੱਚ ਨਾਮ ਬਦਲੀ ਕਰਵਾਉਣੀ ਹੈ ਉਹਨਾਂ ਦੇ ਅਸਲ ਸਰਟੀਫਿਕੇਟ, ਬਿਨੈਕਾਰ ਵੱਲੋਂ ਆਪਣਾ ਨਾਮ ਬਦਲਣ ਸੰਬੰਧੀ 2 ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਜਾਵੇ। ਇਹ ਵੀ ਧਿਆਨ ਰੱਖਿਆ ਜਾਵੇ ਕਿ ਪੁਰਾਣੇ ਨਾਮ ਨੂੰ ਨਵੇਂ ਨਾਮ ਨਾਲ ਅਖਬਾਰ ਵਿੱਚ ਨਿਕਲਵਾਇਆ ਜਾਵੇ। ਪੰਜਾਬੀ ਅਖਬਾਰ ਵਿੱਚ ਪੰਜਾਬੀ ਭਾਸ਼ਾ ਵਿੱਚ ਨਾਮ ਬਦਲ ਕੇ ਰੱਖਣ ਸੰਬੰਧੀ ਦਰਜ ਕਰਵਾਇਆ ਜਾਵੇ ਅਤੇ ਅੰਗਰੇਜ਼ੀ ਅਖਬਾਰ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਦਰਜ ਕੀਤਾ ਜਾਵੇ। ਵੱਖ-ਵੱਖ 2 ਅਖਬਾਰਾਂ ਦੀਆਂ ਅਸਲ ਕਾਪੀਆਂ ਅਤੇ ਪਹਿਲਾਂ ਜਾਰੀ ਅਸਲ ਸਰਟੀਫਿਕੇਟ ਦਫ਼ਤਰ ਨੂੰ ਭੇਜੇ ਜਾਣ। ਨਾਮ ਬਦਲੀ ਬਾਰੇ ਪਹਿਲੇ ਦਰਜੇ ਮੈਜਿਸਟ੍ਰੇਟ ਤੋਂ ਤਸਦੀਕ ਹਲਫੀਆ ਬਿਆਨ ਜਿਸ ਵਿੱਚ ਪ੍ਰੀਖਿਆਰਥੀ ਵੱਲੋਂ ਆਪਣਾ ਨਾਮ ਬਦਲ ਕੇ ਰੱਖਣ ਸੰਬੰਧੀ ਦਰਜ ਕੀਤਾ ਹੋਵੇ। ਹਲਫੀਆ ਬਿਆਨ ਵਿੱਚ ਬਿਨੈਕਾਰ ਵੱਲੋਂ ਵੀ ਦਰਜ ਕੀਤਾ ਜਾਵੇ ਉਹ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਵਿੱਚ ਨੌਕਰੀ ਕਰਦਾ ਹੈ ਜਾਂ ਨਹੀਂ, ਉਸ ਦੇ ਵਿਰੁੱਧ ਕਿਸੇ ਅਦਾਲਤ ਵਿੱਚ ਕੋਈ ਕੋਰਟ ਕੇਸ ਨਹੀਂ ਚੱਲਦਾ ਅਤੇ ਨਾ ਹੀ ਕੋਈ ਕੇਸ ਦਰਜ ਹੈ। ਨੌਕਰੀਸ਼ੁਦਾ ਬਿਨੈਕਾਰ ਆਪਣਾ ਬਿਨੈ ਪੱਤਰ ਆਪਣੇ ਨਿਯੁਕਤੀਕਾਰ ਵੱਲੋਂ ਤਸਦੀਕ ਕਰਵਾਏਗਾ ਅਤੇ ਇਤਰਾਜ਼ਹੀਣ ਸਰਟੀਫਿਕੇਟ NOC ਪੇਸ਼ ਕਰੇਗਾ। ਟਰਾਂਸਜੈਂਡਰ ਪਰਸਨ ਪ੍ਰੋਟੈਕਸ਼ਨ ਆਫ ਰਾਈਟ ਐਕਟ 2019 ਅਧੀਨ ਜੈਂਡਰ ਦੇ ਕੋਲਮ ਵਿੱਚ ਸੋਧ ਅਨੁਸਾਰ ਮੇਲ ਫੀਮੇਲ ਦਰਜ ਕਰਦੇ ਹੋਏ ਸਰਟੀਫਿਕੇਟ ਜਾਰੀ ਕੀਤਾ ਜਾ ਸਕੇਗਾ ਅਤੇ ਨਾਂ ਵਿੱਚ ਉਰਫ ਨਹੀਂ ਲਿਖਿਆ ਜਾਵੇਗਾ। ਮੈਡੀਕਲ ਸਰਟੀਫਿਕੇਟ, ਜਨਮ ਸਰਟੀਫਿਕੇਟ ਭਾਰਤ ਸਰਕਾਰ ਦੇ ਗਾਈਡ ਵਿੱਚ ਨਾਮ ਦਰਜ ਹੋਵੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਫੋਟੋ ਸਮੇਤ ਅਸਲ ਸਰਟੀਫਿਕੇਟ ਜਾਰੀ ਕੀਤਾ ਹੋਵੇ। ਆਧਾਰ ਕਾਰਡ ਅਤੇ ਵੋਟਰ ਕਾਰਡ ਜਿਸ ਵਿੱਚ ਨਾਮ ਬਦਲਿਆ ਹੋਵੇ ਦੀ ਕਾਪੀ। ਸਾਰੀਆਂ ਸ਼੍ਰੇਣੀਆਂ ਵਿੱਚ ਪ੍ਰੀਖਿਆਰਥੀ ਦੀ ਜਨਮਮਿਤੀ ਸਰਟੀਫਿਕੇਟ ਦੇ ਆਧਾਰ 'ਤੇ ਜਨਮਮਿਤੀ ਅਤੇ ਮਾਤਾ ਪਿਤਾ ਦੇ ਨਾਮ ਤਬਦੀਲ ਕਰਨ ਸੰਬੰਧੀ ਨਿਯਮ,
ਇਸ ਸੰਬੰਧੀ ਕਿਹੜੇ ਕਿਹੜੇ ਦਸਤਾਵੇਜ਼ ਹਨ? ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਸਾਰੀਆਂ ਸ਼੍ਰੇਣੀਆਂ ਦੇ ਅਸਲ ਸਰਟੀਫਿਕੇਟ, ਜਨਮ ਮਿਤੀ ਦਾ ਅਸਲ ਸਰਟੀਫਿਕੇਟ, ਨੱਥੀ ਕੀਤਾ ਜਾਵੇ ਸੋਧ ਉਪਰੰਤ ਅਸਲ ਸਰਟੀਫਿਕੇਟ ਵਾਪਸ ਨਹੀਂ ਕੀਤਾ ਜਾਵੇਗਾ। ਨੌਕਰੀਸ਼ੁਦਾ ਬਿਨਾਕਾਰ ਆਪਣਾ ਬਿਨੈ ਪੱਤਰ ਆਪਣਾ ਨਿਯੁਕਤੀਕਾਰ ਵੱਲੋਂ ਤਸਦੀਕ ਕਰਵਾਏਗਾ ਅਤੇ ਇਤਰਾਜ਼ਹੀਣਤਾ ਸਰਟੀਫਿਕੇਟ ਭਾਵ NOC ਪੇਸ਼ ਕਰੇਗਾ। ਵੇਰਵਿਆਂ ਦੀ ਸੋਧ ਸੰਬੰਧੀ ਬਿਨੈਕਾਰ, ਜੇਕਰ ਉਮਰ 18 ਸਾਲ ਤੋਂ ਵੱਧ ਹੈ, ਮਾਤਾ ਪਿਤਾ ਅਤੇ ਬਾਕੀ ਬੱਚਿਆਂ ਦਾ ਵੇਰਵਾ ਪਹਿਲਾ ਦਰਜਾ ਮੈਜਿਸਟਰੇਟ ਤੋਂ ਤਸਦੀਕ ਹਲਫੀਆ ਬਿਆਨ ਵਿੱਚ ਦਿੱਤਾ ਜਾਵੇ। ਹਲਫੀਆ ਬਿਆਨ ਵਿੱਚ ਬਿਨੈਕਾਰ ਵੱਲੋਂ ਇਹ ਵੀ ਦਰਜ ਕੀਤਾ ਜਾਵੇ ਕਿ ਉਹ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਵਿੱਚ ਨੌਕਰੀ ਕਰਦਾ ਹੈ ਜਾਂ ਨਹੀਂ ਅਤੇ ਉਸ ਦੇ ਵਿਰੁੱਧ ਕਿਸੇ ਅਦਾਲਤ ਵਿੱਚ ਕੋਈ ਕੋਰਟ ਕੇਸ ਨਹੀਂ ਚੱਲਦਾ ਅਤੇ ਨਾ ਹੀ ਕੋਈ ਕੇਸ ਦਰਜ ਹੈ। ਭੈਣ ਭਰਾਵਾਂ ਦੇ ਜਨਮ ਅਤੇ ਯੋਗਤਾ ਸਰਟੀਫਿਕੇਟ ਦੀਆਂ ਤਸਦੀਕਸ਼ੁਦਾ ਕਾਪੀਆਂ, ਮਾਤਾ ਪਿਤਾ ਦੇ ਨਾਵਾਂ ਦੇ ਸੋਧ ਦੇ ਕੇਸ ਵਿੱਚ ਅਸਲ ਸਰਟੀਫਿਕੇਟ ਦੇ ਆਧਾਰ 'ਤੇ ਉਹ ਪ੍ਰੀਖਿਆਰਥੀ ਦੇ ਨਾਮ ਦੀ ਸੋਧ ਕੀਤੀ ਜਾ ਸਕਦੀ ਹੈ ਜਿਹੜੇ ਪ੍ਰੀਖਿਆਰਥੀ ਦਾ ਪੂਰਾ ਨਾਮ ਨਾ ਬਦਲਣਾ ਹੋਵੇ। ਸਕੂਲ ਦਾਖਲਾ ਖਾਰਜ ਰਜਿਸਟਰ 'ਤੇ ਕਟਿੰਗ ਨਾਲ ਵੇਰਵਿਆਂ ਦੀ ਸੋਧ ਜਨਮ ਸਰਟੀਫਿਕੇਟ ਦੇ ਆਧਾਰ 'ਤੇ ਦਾਖਲਾ ਖਾਰਜ ਰਜਿਸਟਰ 'ਤੇ ਦਰਜ ਕੀਤੀ ਜਾਵੇ। ਉਸ ਦਾ ਇੰਦਰਾਜ ਦਾਖਲਾ ਖਾਰਜ ਰਜਿਸਟਰ 'ਤੇ ਕੀਤਾ ਜਾਵੇ। ਐਸੋਸੀਏਟਡ ਅਤੇ ਐਫੀਲੀਏਟਡ ਸਕੂਲਾਂ ਤੋਂ ਪੜ੍ਹੇ ਪ੍ਰੀਖਿਆਰਥੀ ਅਸਲ ਰਿਕਾਰਡ ਦੀ ਕਾਪੀ ਸੰਬੰਧਿਤ ਸਕੂਲ ਮੁਖੀ ਤੋਂ ਹਸਤਾਖਰ ਕਰਾਉਣ ਉਪਰੰਤ ਸੰਬੰਧਿਤ ਜ਼ਿਲ੍ਹੇ ਦੇ ਮੈਨੇਜਰ ਤੋਂ ਤਸਦੀਕ ਹੋਵੇ। ਜੇਕਰ ਪ੍ਰੀਖਿਆਰਥੀ ਸਰਕਾਰੀ ਸਕੂਲ ਵਿੱਚ ਪੜ੍ਹਿਆ ਹੈ ਤਾਂ ਅਸਲ ਰਿਕਾਰਡ ਦੀ ਕਾਪੀ ਸੰਬੰਧਿਤ ਸਕੂਲ ਮੁਖੀ ਤੋਂ ਹਸਤਾਖਰ ਕਰਵਾਉਣ 'ਤੇ DEO ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਤੋਂ ਪ੍ਰਤੀ ਹਸਤਾਖਰ ਕਰਵਾਏ ਜਾਣ ਅਤੇ ਜ਼ਿਲ੍ਹਾ ਮੈਨੇਜਰ ਤੋਂ ਚੈੱਕ ਕਰਵਾਉਣ ਉਪਰੰਤ ਤਸਦੀਕਸ਼ੁਦਾ ਕਾਪੀ ਨਾਲ ਨੱਥੀ ਕੀਤੀ ਜਾਵੇ। ਦਾਖਲਾ ਖਾਰਜ ਰਜਿਸਟਰ ਦੀ ਇਹ ਸ਼ਰਤ ਪ੍ਰਾਈਵੇਟ ਤੌਰ 'ਤੇ ਪੂਰੇ ਵਿਸ਼ਿਆਂ ਵਿੱਚ ਅਪੀਅਰ ਹੋਏ ਪ੍ਰੀਖਿਆਰਥੀਆਂ 'ਤੇ ਲਾਗੂ ਨਹੀਂ ਹੋਵੇਗੀ। ਅਡਾਪਸ਼ਨ ਡੀਡ ਅਧਾਰਿਤ ਸੋਧਾਂ ਦੇ ਨਿਯਮ ਦਸਤਾਵੇਜ਼ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਸਾਰੀਆਂ ਸ਼੍ਰੇਣੀਆਂ ਦੇ ਅਸਲ ਸਰਟੀਫਿਕੇਟ, ਅਡਾਪਸ਼ਨ ਡੀਡ ਦੀ ਅਸਲ ਕਾਪੀ, ਨੌਕਰੀਸ਼ੁਦਾ ਬਿਨੈਕਾਰ ਆਪਣੇ ਬਿਨੈ ਪੱਤਰ ਆਪਣੇ ਨਿਯੁਕਤੀਕਾਰ ਵੱਲੋਂ ਤਸਦੀਕ ਕਰਵਾਏਗਾ ਅਤੇ ਇਤਰਾਜ਼ਹੀਣਤਾ ਸਰਟੀਫਿਕੇਟ ਪੇਸ਼ ਕਰੇਗਾ। ਜਨਮ ਮਿਤੀ ਦਾ ਅਸਲ ਸਰਟੀਫਿਕੇਟ ਨੱਥੀ ਕੀਤਾ ਜਾਵੇ ਜਿਸ ਵਿੱਚ ਅਡਾਪਟ ਕਰਨ ਵਾਲੇ ਮਾਤਾ ਪਿਤਾ ਦਾ ਨਾਮ ਦਰਜ ਹੋਵੇ। ਸੋਧ ਉਪਰੰਤ ਅਸਲ ਸਰਟੀਫਿਕੇਟ ਵਾਪਸ ਨਹੀਂ ਕੀਤਾ ਜਾਵੇਗਾ। ਪਿਤਾ ਜਾਂ ਮਾਤਾ ਵੱਲੋਂ ਪਹਿਲਾ ਦਰਜਾ ਮੈਜਿਸਟਰੇਟ ਵੱਲੋਂ ਤਸਦੀਕ ਹਲਫੀਆ ਬਿਆਨ। ਦੋਸਤੋ, ਇਸ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਆਪਣੇ ਸਰਟੀਫਿਕੇਟ ਵਿੱਚ ਤੁਸੀਂ ਵੱਖ ਵੱਖ ਤਰ੍ਹਾਂ ਦੀਆਂ ਕਰੈਕਸ਼ਨਸ ਕਿਵੇਂ ਕਰ ਸਕਦੇ ਹੋ ਅਤੇ ਉਹਨਾਂ ਲਈ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਹਨ। ਵੀਡੀਓ ਥੋੜ੍ਹੀ ਲੰਮੀ ਹੋ ਗਈ ਹੈ, ਇਸ ਲਈ ਮੈਂ ਮਾਫੀ ਚਾਹੁੰਦਾ ਹਾਂ। ਦੋਸਤੋ, ਨੈਕਸਟ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਕਿ ਕਰੈਕਸ਼ਨ ਦਾ ਫੋਰਮ ਅਸੀਂ ਕਿੱਥੋਂ ਡਾਊਨਲੋਡ ਕਰ ਸਕਦੇ ਹਾਂ ਅਤੇ ਕਿਵੇਂ ਉਸਨੂੰ ਫਿਲ ਕਰ ਸਕਦੇ ਹਾਂ। ਜੇਕਰ ਵੀਡੀਓ ਵਿਚਲੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਸਾਡੇ ਯੂਟਿਊਬ ਚੈਨਲ ਸ਼ਬਦਾਂ ਦੀ ਦੁਨੀਆ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਕਿਸੇ ਹੋਰ ਇਨਫੋਰਮੇਸ਼ਨਲ ਵੀਡੀਓ ਨਾਲ। ਤਦ ਤੱਕ ਲਈ ਕੀਪ ਲਰਨਿੰਗ, ਲਰਨ ਮੋਰ। ਥੈਂਕ ਯੂ।